ਸਤਰੀਆਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਤ ਪ੍ਰਸਾਰ ਅਮਰਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮਿੱਤਰੋ ਅੱਜ ਅਸੀਂ ਚਰਚਾ ਕਰਾਂਗੇ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਜੋ ਕਿ 400 ਤੋਂ ਵੱਧ ਸੀਟਾਂ ਅਗਲੀ ਚੋਣ 2024 ਵਿੱਚ ਲੈਣ ਦੀ ਅਨਾਉਂਸਮੈਂਟਾਂ ਕਰ ਰਹੀ ਹੈ ਦਗਮਜੇ ਵਜਾ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਇਸ ਆਖਰੀ ਸੈਸ਼ਨ ਵਿੱਚ ਬੜੇ ਜੋਸ਼ ਨਾਲ ਇਹ ਅਨਾਉਂਸ ਕੀਤਾ ਕਿ ਬੀਜੇਪੀ ਕੱਲਿਓ ਹੀ 370 ਸੀਟਾਂ ਲਏਗੀ ਜਾਨੀ ਕਿ ਪਿਛਲੀ ਵਾਰੀ 300 ਆਈਆਂ ਸੀ ਸਟਾਰਟ ਸੀ ਤਾਂ ਬਾਅਦ ਅਤੇ ਐਨਡੀਏ ਜੇ ਉਹ ਹੈ ਉਹ 400 ਸੀਟਾਂ ਤੱਕ ਆਂਕੜਾ ਤੈਅ ਕਰੇਗਾ ਪਰ ਅਸਲੀਅਤ ਕੀ ਹੈ ਅਸਲੀਅਤ ਬਿਲਕੁਲ ਇਸ ਤੋਂ ਉਲਟੀ ਹੈ ਜਿਵੇਂ ਕਿ ਅਨਾਲਿਸਿਸ ਵਾਕ ਵਾਕ ਸੋਸ਼ਲ ਮੀਡੀਆ ਤੇ ਆ ਰਹੀਆਂ ਹਨ ਤੇ ਦੇਸ਼ ਵਿੱਚ ਚਰਚੇ ਚੱਲ ਰਹੇ ਹਨ ਉਸ ਮੁਤਾਬਕ ਬੀਜੇਪੀ ਲਈ 272 ਦਾ ਆંકੜਾ ਬੀ ਪ੍ਰਾਪਤ ਕਰਨਾ ਬੜਾ ਕਠਨ ਮਾਰਗ ਹੈ ਅਜੇ ਆਉਣਾ ਸੰਭਵ ਹੋਵੇਗਾ ਯਾਨੀ ਪਰ ਜਿਹੜੀਆਂ ਕਿਆਸ ਰਾਈਆਂ ਲੱਗ ਰਹੀਆਂ ਉਹ ਤਾਂ ਇਹੀ ਕਹਿ ਰਹੀਆਂ ਹਨ ਕਿ ਬੀਜੇਪੀ ਲਈ 224 ਦੀ ਇਲੈਕਸ਼ਨ ਇੱਕ ਬਹੁਤ ਵੱਡਾ ਚੈਲੰਜ ਹੈ ਅਤੇ ਬਹੁਤ ਸਾਰੀਆਂ ਸਟੇਟਾਂ ਚ ਮੁਕਾਬਲੇ ਦੀ ਟੱਕਰ ਹੈ ਇਸ ਉੱਪਰ ਚਰਚਾ ਕਰਦੇ ਆ ਕਿ ਹੁਣ ਉਹਨਾਂ ਨੇ ਰੁਖ ਪੰਜਾਬ ਵੱਲ ਕਰ ਰਿਹਾ ਪੰਜਾਬ ਵੱਲ ਰੁਖ ਕਰਕੇ ਉਹ ਭਾਲ ਰਹੇ ਹਨ ਸੀਟਾਂ ਵੀ ਤੇ ਕੋਈ ਅਜਿਹਾ ਲੀਡਰ ਸਿੱਖ ਚਿਹਰਾ ਜਿਹੜਾ ਵਕਾਰੀ ਹੋਵੇ ਲੋਕਪ੍ਰਿਆ ਹੋਵੇ ਅਤੇ ਇਮਾਨਦਾਰ ਹੋਵੇ ਪ੍ਰਭਾਵਸ਼ਾਲੀ ਹੋਵੇ ਅਜਿਹੇ ਸਿੱਖ ਚਿਹਰੇ ਦੀ ਭਾਲ ਵਿੱਚ ਬੀਜੇਪੀ ਤੁਰ ਪਈ ਹੈ ਪੰਜਾਬ ਵਿੱਚ ਇਸ ਮੁੱਦੇ ਤੇ ਚਰਚਾ ਕਰਨ ਤੋਂ ਪਹਿਲੇ ਮੇਰੀ ਆਪ ਜੀ ਨੂੰ ਬੁਝਾਰਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਇਹਦਾ ਬੈਲ ਆਈਕਨ ਦਬਾਓ ਇਹਦੀ ਘੰਟੀ ਵਜਾਓ ਤਾਂ ਜੋ ਵੀਡੀਓ ਸਿੱਧੀ ਤੁਹਾਨੂੰ ਮਿਲੇ ਔਰ ਆਪਣੇ ਮਿੱਤਰਾਂ ਸਬੰਧੀਆਂ ਨਾਲ ਵੀ ਇਸ ਨੂੰ ਸ਼ੇਅਰ ਕਰੋ ਤੁਸੀਂ ਦੇਖਿਆ ਕਿ ਭਾਜਪਾ ਨੇ ਬਿਹਾਰ ਵਿੱਚ ਨਿਤਿਸ਼ ਕੁਮਾਰ ਨੂੰ ਈਡੀ ਅਤੇ ਹੋਰ ਸਰਕਾਰੀ ਇਨਕਮ ਟੈਕਸ ਦੇ ਦਵਾ ਨਾਲ ਮੁੜ ਵਾਪਸ ਬੀਜੇਪੀ ਚ ਲੈ ਆਂਦਾ ਚਾਹੇ ਉਸ ਦਾ ਥੋੜਾ ਬੋਤਾ ਫਾਇਦਾ ਬੀਜੇਪੀ ਨੂੰ ਹੋਏਗਾ ਬਾਕੀ ਤੇ ਸਮਾਂ ਦੱਸੇਗਾ ਪਰ ਹੁਣ ਉਹਨਾਂ ਨੇ ਭਾਲ ਸ਼ੁਰੂ ਕੀਤੀ ਹੈ ਕਿ ਪੰਜਾਬ ਵਿੱਚੋਂ ਵੀ ਕੁਝ ਸੀਟਾਂ ਲਈਆਂ ਜਾਣ ਕਿਉਂਕਿ ਉਹਨਾਂ ਨੂੰ ਇੱਕ ਇੱਕ ਸੀਟ ਦੀ ਲੋੜ ਹੈ ਇੱਕ ਇੱਕ ਸੀਟ ਦੀ ਲੋੜ ਹੈ ਇਹ ਜੋ ਲੜਾਈ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ 2024 ਦੀ ਲੜਾਈ ਜੋ ਹੈ ਉਹ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਲੜਾਈ ਹੈ ਮੁੱਦਾ ਸਿਰਫ ਇੱਕੋ ਹੀ ਹੈ ਕਿ ਭਾਰਤ ਦੇ ਸੰਵਿਧਾਨ ਨੂੰ ਬਚਾਇਆ ਜਾਏ ਤੇ ਭਾਰਤ ਦੀ ਡੈਮੋਕ੍ਰੇਸੀ ਪ੍ਰਜਾਤੰਤਰ ਸਿਸਟਮ ਨੂੰ ਬਚਾਇਆ ਜਾਏ ਕਾਫੀ ਸਿਸਟਮ ਜਿਹੜਾ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਖੇੜ ਦਿੱਤਾ ਔਰ ED ਅਤੇ ਹੋਰ ਜੋ ਮਹਿਕਮੇਨ ਉਹਨਾਂ ਦੀ ਮਦਦ ਨਾਲ ਉਹ ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ ਤੋੜ ਰਹੇ ਹਨ ਅਤੇ ਪੋਲੀਟੀਕਲ ਲੀਡਰਾਂ ਨੂੰ ਵਿਰੋਧੀ ਪਾਰਟੀਆਂ ਚੋਂ ਉਹਨਾਂ ਦੀ ਬਾਹਮ ਰੋੜ ਕੇ BJP ਵਿੱਚ ਲਿਆ ਰਹੇ ਸੋ ਇਸ ਸਿਲਸਿਲੇ ਉੱਪਰ ਗੱਲ ਕਰਕੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਕੀ ਸੰਭਾਵਨਾ ਹੈ ਦੇਸ਼ ਦੇ ਗ੍ਰਹਿ ਮੰਤਰੀ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ મોદી ਜੀ ਦੇ ਬੜੇ ਖਾਸ ਹਨ ਅਤੇ ਵੋਟਾਂ ਦੀ ਸਟਰੈਟਜੀ ਹਰ ਸਟੇਟ ਦੀ ਉਹ ਤੈਅ ਕਰਦੇ ਹਨ ਕਦੀ ਉਹ ਪ੍ਰਾਈਮ ਮਿਨਿਸਟਰ ਨੂੰ ਕੰਸਲਟ ਕਰ ਲੈਂਦੇ ਹਨ ਤੇ ਕਦੀ ਉਹ ਆਪਣੇ ਆਪ ਵੀ ਫੈਸਲੇ ਲੈ ਲੈਂਦੇ ਹਨ ਉਹ ਹੁਣ ਲੱਗੇ ਹਨ ਕਿ ਪੰਜਾਬ ਵਿੱਚ 13 ਸੀਟਾਂ ਹਨ ਅਤੇ ਇੱਕ ਸੀਟ ਚੰਡੀਗੜ੍ਹ ਦੀ ਹੈ 14 ਸੀਟਾਂ ਹਨ ਇਹਨਾਂ ਵਿੱਚੋਂ ਉਹਨਾਂ ਨੂੰ ਕਿੰਨੀਆਂ ਮਿਲ ਸਕਦੀਆਂ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਰਲ ਕੇ ਉਹ ਕਦੀ ਦੋ ਤੇ ਕਦੀ ਤਿੰਨ ਸੀਟਾਂ ਜਿੱਤਦੇ ਰਹੇ ਹਨ ਉਹਨਾਂ ਦੀ ਝੋਲੀ 'ਚ ਪੈਂਦੀਆਂ ਰਹੀਆਂ ਪੰਜਾਬ ਦੇ ਲੋਕਾਂ ਨੇ ਪਾਈਆਂ ਪਰ ਹੁਣ ਅਗਲੀ ਜੋ 2024 ਦੀ ਚੋਣ ਹੈ ਉਹਦੇ ਵਿੱਚ ਤਾਂ ਜਿਹੜੀ ਪਾਰਟੀ ਨਾਲ ਉਹ ਐਲਾਈਅੰਸ ਕਰਨ ਜਾ ਰਹੇ ਹਨ ਜਾਂ ਉਹਨਾਂ ਨੇ ਅੰਦਰ ਖਾਤੇ ਕਰ ਲਿਆ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਮੀਨੀ ਹਕਸੀਅਤ ਇਹ ਹੈ ਕਿ ਉਹਨਾਂ ਦਾ ਪੰਜਾਬ ਵਿੱਚ ਆਪਣੀਆਂ ਦੋ ਸੀਟਾਂ ਬਚਾਣ ਦਾ ਯਾਨੀ ਕਿ ਹਰ ਸਿਮਰਤ ਕੋੜ ਦੀ ਬਟਿੰਡੇ ਦੀ ਅਤੇ ਸੁਖਬੀਰ ਬਾਦਲ ਦੀ ਫਿਰੋਜ਼ਪੁਰ ਦੀ ਬੇ ਉਹਨਾਂ ਲਈ ਇੱਕ ਬੁਝਾਰਤ ਬਣਿਆ ਹੋਇਆ ਇੱਥੋਂ ਤੱਕ ਖਬਰਾਂ ਆ ਰਹੀਆਂ ਹਨ ਕਿ ਇਹ ਦੋਨੋਂ ਸ਼ਾਇਦ ਆਪਣੀਆਂ ਕੌਨਸੀ ਜੂਨਸੀਜ਼ ਬਦਲਣ ਹੋ ਸਕਦਾ ਹੈ ਕਿ ਬੀਬੀ ਹਰ ਸਿਮਰਤ ਕੌਰ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜੇ ਤੇ ਸੁਖਬੀਰ ਫਿਰੋਜ਼ਪੁਰ ਛੱਡ ਕੇ ਕਿਸੇ ਹੋਰ ਜਿਹੇ ਕੌਨਸੀਚੁਐਂਸੀ ਜਾਏ ਜਿੱਥੋਂ ਕੇ ਉਸ ਨੂੰ ਲੱਗੇ ਕਿ ਉਹ 100% ਦੀ ਜਿੱਤ ਸਕਦਾ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਇਨ੍ਹਾਂ ਦੋ ਲੀਡਰਾਂ ਦੀ ਜਿੱਤ ਨਿਸ਼ਚਿਤ ਕਰਨ ਲਈ ਕੋਈ ਵੀ ਰਿਸਕ ਨਹੀਂ ਲਏਗਾ ਤੇ ਹਰ ਹਰਖ ਹਤਕੰਡਾ ਵਰਤੇਗਾ ਸੋ ਇਹਦੇ ਵਿੱਚ ਹੁਣ ਬੀਜੇਪੀ ਦਾ ਕੀ ਰੋਲ ਹੈ ਬੀਜੇਪੀ ਨੇ ਇੱਕ ਗੱਲ ਜੋ ਬੜੀ ਵਧੀਆ ਗੱਈ ਹੈ ਕਿ ਉਹਨਾਂ ਨੂੰ ਚੱਲੇ ਹੋਏ ਕਾਰਤੂਸ ਨਹੀਂ ਚਾਹੀਦੇ ਸਿੱਖ ਚਿਹਰਾ ਚਾਹੀਦਾ ਵਕਾਰੀ ਹੋਵੇ ਲੋਕ ਪਿਰਿਆ ਹੋਵੇ ਪ੍ਰਭਾਵਸ਼ਾਲੀ ਹੋਵੇ ਤੇ ਉਹ ਬੀਜੇਪੀ ਨੂੰ 2024 ਚ ਕੁਝ ਨਾ ਕੁਝ ਸੀਟਾਂ ਜਿਤਾ ਸਕੇ ਇਹਦਾ ਇੱਕ ਦੂਸਰਾ ਮਤਲਬ ਇਹ ਵੀ ਨਿਕਲਿਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਲਈ ਇੱਕ ਕੰਡਮ ਲੀਡਰ ਹਨ। ਔਰ ਜੋ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣਾਏ ਹਨ ਸੁਨੀਲ ਜਾਖੜ ਉਹ ਪੰਜਾਬ ਵਿੱਚ ਇਲੈਕਸ਼ਨ ਪਾਰਲੀਮੈਂਟ ਦੀ ਨਹੀਂ ਲੜਨਾ ਚਾਹੁੰਦੇ। ਤੋ ਫਿਰ ਹੁਣ ਉਹ ਚਿਹਰਾ ਕਿੱਥੋਂ ਲਿਆਣ ਜਿਹੜੇ ਉਹਨਾਂ ਨੇ ਕਾਂਗਰਸੀਆਂ ਨੂੰ ਆਪਣੀ ਪਾਰਟੀ ਵਿੱਚ ਮੈਂਬਰ ਬਣਾਇਆ ਕੇਵਲ ਢਿੱਲੋ ਸੰਗਰੂੜ ਤੋਂ ਲੜੇ ਤਾਂ ਹਾਰਗੇ ਬੁਰੀ ਤਰ੍ਹਾਂ ਹਾਰਗੇ ਜਮਾਨਤ ਜਪਤ ਹੋ ਗਈ ਸੋਹਣ ਲੀਡਰ ਲਿਆਂਦੇ ਜਾਣ ਤੇ ਕਿੱਥੋਂ ਲਿਆਂਦੇ ਜਾਣ ਇਹ ਖੁਰਾਕ ਖੋਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਰੂ ਕੀਤਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਉਹਨਾਂ ਨੇ ਹੁਣ ਨਵਜੋਤ ਸਿੱਧੂ ਸਾਬਕਾ ਪਾਰਲੀਮੈਂਟ ਮੈਂਬਰ ਸਾਬਕਾ ਮਨਿਸਟਰ ਪੰਜਾਬ ਨੂੰ ਵੀ ਕੋਖਿਆ ਕਿ ਕੀ ਉਹ ਭਾਜਪਾ ਚ ਵਾਪਸ ਆਉਣਾ ਚਾਹੁੰਦੇ ਹਨ ਉਹਨਾਂ ਨੂੰ ਰਾਜ ਸਭਾ ਦੀ ਮੈਂਬਰ ਵੀ ਸੀਟ ਆਫਰ ਕੀਤੀ ਗਈ ਹੈ ਕਿ ਉਹ ਰਾਜ ਸਭਾ ਦੇ ਮੈਂਬਰ ਬਣ ਜਾਣ ਬੀਜੇਪੀ ਉਹਨਾਂ ਦਾ ਸਮਰਥਨ ਕਰੇਗੀ ਸੋ ਨਵਜੋਤ ਸਿੱਧੂ ਨੇ ਅਮਿਤ ਸ਼ਾਹ ਜੀ ਨੂੰ ਬੜੀ ਕੋਰੀ ਕੋਰੀ ਖਰੀ ਗੱਲ ਸੁਣਾਤੀ ਉਹਨੇ ਤੇ ਉਹਨਾਂ ਦਾ ਦਿਲ ਰੱਖਣ ਲੋ ਵੀ ਮਾੜਾ ਮੋਟਾ ਕੋਈ ਅਜੇਹਾ ਨਹੀਂ ਕਿਹਾ ਕਿ ਉਹਨਾਂ ਨੂੰ ਅਕਾਲੀ ਦਲ ਨਾਲ ਅਲਾਈਅੰਸ ਜੋ ਹੈ ਉਸ ਦੇ ਸਿੱਟੇ ਕੀ ਨਿਕਲਣਗੇ ਨਵਜੋਤ ਸਿੱਧੂ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਸਪਸ਼ਟ ਤੌਰ ਤੇ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਯਾਨੀ ਭਾਜਪੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਰਲ ਕੇ ਚੋਣਾਂ ਲੜੇਗੀ ਤਾਂ ਤੁਹਾਨੂੰ ਜ਼ੀਰੋ ਸੀਟ ਆਏਗੀ ਯਾਨੀ ਕਿ ਇਨਾ ਮੂੰਹ ਫਟ ਜਵਾਬ ਸ਼ਾਇਦ ਅਮਿਤ ਸ਼ਾਹ ਨੂੰ ਕਦੀ ਕਿਸੇ ਹੋਰ ਨੇ ਨਾ ਦਿੱਤਾ ਹੋਵੇ ਕਿਉਂਕਿ ਅਮਿਤ ਸ਼ਾਹ ਜੀ ਨੂੰ ਐਵੇਂ ਲੱਗ ਰਿਹਾ ਕਿ ਜੇਕਰ ਉਹਨਾਂ ਦਾ ਅਲਾਈਅੰਸ ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ 'ਚ ਸਿਰੇ ਚੜਿਆ ਹੋਇਆ ਤੇ ਉਸ ਦੇ ਮੁਤਾਬਕ ਕੁ ਸੀਟਾਂ ਵੰਡ ਵੰਡਾ ਕਰਕੇ ਇਲیکشن ਲੜਦੇ ਤਾਂ ਉਹਨਾਂ ਦੇ ਹਿੱਸੇ ਕੁਝ ਨਾ ਕੁਝ ਸੀਟਾਂ ਆਣ ਗਿਆ ਪਰ ਸਿੱਧੂ ਦੇ ਮੂੰਹ ਪੱਟ ਜਵਾਬ ਨੇ ਮੈਨੂੰ ਲੱਗਦਾ ਹੈ ਕਿ ਅਮਿਤ ਸ਼ਾਹ ਜੀ ਨੂੰ ਮੁੜ ਸੋਚਣ ਤੇ ਮਜਬੂਰ ਕਰਤਾ ਸੋ ਨਬਜੋਤ ਸਿੰਧੂ ਨੇ ਇਸ ਗਾਲ ਦਾ ਇਨਕਸ਼ਾਪ ਕੀਤਾ ਕਿ ਉਹ ਰਾਜ ਸਭਾ ਚ ਨਹੀਂ ਜਾਣਾ ਚਾਹੁੰਦੇ ਨਾ ਹੀ ਉਹ ਪਾਰਲੀਮੈਂਟ ਚ ਜਾਣਾ ਚਾਹੁੰਦੇ ਉਹ ਪੰਜਾਬ ਦੇ ਹਨ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨਵਜੋਤ ਸਿੱਧੂ ਨੇ ਘਰਤੀ ਗੱਲ ਕਲੀਅਰ ਤੇ ਅਮਿਤ ਸ਼ਾਹ ਨੂੰ ਦੇ ਦਿੱਤਾ ਖਰਾ ਖਰਾ ਜਵਾਬ ਪਰ ਉਹਨਾਂ ਦੇ ਜਵਾਬ ਵਿੱਚ ਕਈ ਹੋਰ ਗੱਲਾਂ ਵੀ ਨਾਲ ਜਿਹੜੀਆਂ ਉਹਨਾਂ ਨੇ ਕੀਤੀਆਂ ਉਹਨਾਂ ਨੂੰ ਉਮਿਤ ਸ਼ਾਹ ਜੀ ਨੇ ਪੁੱਛਿਆ ਕਿ ਭਾਜਪਾ ਪੰਜਾਬ ਵਿੱਚੋਂ ਕਿੰਨੀਆਂ ਸੀਟਾਂ ਅਸੈਂਬਲੀ ਵਿੱਚ ਜਿੱਤ ਸਕਦੀ ਹੈ ਤਨਵਦੋਤ ਸਿੱਧੂ ਜੀ ਕਹਿੰਦੇ ਹਨ ਜੇ ਇਕੱਲੇ ਲੜਨਗੇ ਤੇ 70 ਸੀਟਾਂ ਜਿੱਤ ਸਕਦੇ ਹਨ ਇਹ ਜੋ ਅੰਦਾਜ਼ਾ ਨਮਜੋਤ ਸਿੱਧੂ ਜੀ ਦਾ ਹੈ ਇਹ ਤੱਥਾਂ ਤੇ ਆਧਾਰਿਤ ਨਹੀਂ ਔਰ ਇਹ ਜਮੀਨੀ ਸੱਚ ਨੂੰ ਵੀ ਨਹੀਂ ਪੇਸ਼ ਕਰਦਾ ਇਹ ਉਹਨਾਂ ਦਾ ਆਪਣਾ ਕਲਪਨਾ ਸੁਪਨਾ ਇਹ ਗਲਤ ਇਹ ਸਮਾ सिद्ध ਕਰ ਦੇਗਾ ਕਿਉਂਕਿ ਭਾਜਪਾ ਦਾ ਹਦਾਰ ਪੰਜਾਬ ਵਿੱਚ ਹੈ ਨਹੀਂ ਉਹਨਾਂ ਕੋਲ ਜਿਹੜੀ ਸੀਟ ਹੈ ਗੁਰਦਾਸਪੁਰ ਦੀ ਜੇਕਰ ਸੁਖਵੀਰ ਬਾਦਲ ਨੂੰ ਦੇਣੀ ਪਈ ਤਾਂ ਉਹਨਾਂ ਕੋਲ ਬਾਕੀ ਕੋਈ ਜਿੱਤਣ ਲਈ ਕਿਹੜੀਆਂ-ਕਿਹੜੀਆਂ ਸੀਟਾਂ ਆਉਣਗੀਆਂ ਇਹ ਸਮਾਂ ਦੱਸੇਗਾ ਇਹ ਜੋ ਅੱਜ ਦੀ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਇਹਦੇ ਵਿੱਚ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇਕਰ ਭਾਜਪਾ ਦੀ ਸਚਾਈ ਉਹ ਹੋਵੇ ਜਿਹੜੀ ਦੇਸ਼ ਦੇ ਪਾਰਲੀਮੈਂਟ ਵਿੱਚ ਨਰਿੰਦਰ ਮੋਦੀ ਜੀ ਨੇ ਦੱਸੀਏ ਕਿ ਬੀਜੀਪੀ ਆਪਣੇ ਬੌਲ ਬੂਤੇ ਤੇ ਹਿੰਦੁਸਤਾਨ ਵਿੱਚ 370 ਸੀਟਾਂ ਜਿੱਤੇਗੀ ਅਤੇ ਉਹਨਾਂ ਦੇ ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ ਦੇ 파ਟਨਰ ਵਿੱਚ ਭਾਗੇ ਉਹ 400 ਸੀਟਾਂ ਜਿੱਤ ਸਕਦੀ ਹੈ ਇਹ ਤਾਂ ਇੱਕ ਖਿਆਲੀ ਪਲੋ ਹੈ ਇਦੇ ਰਾਂ ਹੀ ਤਾਂ ਉਹ ਇੱਕ ਦੇਸ਼ ਵਿੱਚ এনवायरमेंट ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਭਾਜਪੀ ਤੇ ਆ ਹੀ ਰਹੀ ਹੈ ਤਾਂ ਜਿਹੜੇ ਪੈਰੀਫੇਰੀ ਤੇ ਇੱਧਰ ਉੱਧਰ ਖਿਸਕਦੇ ਵੋਟਰ ਹੁੰਦੇ ਆ ਉਹ ਉਹਨਾਂ 'ਚ ਕੋਹਲੀ ਰਹਿਣ ਅਤੇ ਲੋਕਾਂ ਵਿੱਚ ਕੋ ਭਰਮ ਪੈਦਾ ਕਰ ਦੇਣ ਕਿ ਵੀ ਉਹਨਾਂ ਦਾ ਵਿਰੋਧੀ ਇੰਡੀਆ ਅਲਾਈანს ਤਾਂ ਉਹਨਾਂ ਨੂੰ ਹਰਾ ਨਹੀਂ ਸਕਦਾ ਇਹ ਜੋ ਲੜਾਈ ਹੈ ਇਹ ਲੜਾਈ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ 2024 ਇਹ ਲੜਾਈ ਇੰਡੀਆ ਅਲਾਈयंस ਲੜ ਰਿਹਾ ਅਤੇ ਜੇਕਰ ਮੋਦੀ ਜੀ ਨੂੰ 272 ਤੋਂ ਥੱਲੇ ਰੋਕ ਕੇ ਰੱਖਦੇ ਹਨ ਤਾਂ ਮੋਦੀ ਜੀ ਚਾਹੇ ਪ੍ਰਾਈਮ ਮਿਨਿਸਟਰ ਬਣ ਜਾਣ bari स्पोर्ट ਨਾਲ ਉਸ ਸੰਵਿਧਾਨ ਨੂੰ ਨਹੀਂ ਬਦਲ ਸਕਣਗੇ ਤੇ ਜਿਹੜਾ ਉਹਨਾਂ ਦਾ ਇਰਾਦਾ ਹੈ 2025 ਚ ਆਰਐਸਐਸ ਦੇ 100 ਸਾਲ ਪੂਰੇ ਹੋ ਰਹੇ ਨੇ ਤੇ ਇਸ ਦੇਸ਼ ਨੂੰ ਹਿੰਦੂ ਸਟੇਟ ਬਣਾਣਾ ਉਹ ਸੁਪਨਾ ਪੂਰਾ ਨਹੀਂ ਹੋ ਸਕਦਾ ਇਹ ਇਸ ਵਿੱਚ ਕਾਲੀ ਦਲ ਕੀ ਰੋਲ ਪਲੇ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਸੁਖਬੀਰ ਬਾਦਲ ਇਸ ਪੈਂਥਡੇ ਤੇ ਚੱਲ ਪਏ ਹਨ ਕਿ ਉਹ ਹਿੰਦੂ ਰਾਸ਼ਟਰ ਬਣਾਉਣ ਵਿੱਚ ਨਰਿੰਦਰ ਮੋਦੀ ਜੀ ਦੀ ਪੂਰੀ ਸਮਰਥਕ ਬਣ ਰਹੇ ਹਨ ਉਹਨਾਂ ਨੂੰ ਇਹ ਵੀ ਖਿਆਲ ਨਹੀਂ ਕਿ ਜੋ ਸਿੱਖ ਗੁਰੂਆਂ ਦੀ ਵਿਚਾਰਧਾਰਾ ਉਹਦਾ ਕਿਸੇ ਪੱਧਰ ਤੇ ਵੀ ਮੇਲ ਬੀਜੇਪੀ ਨਾਲ ਨਹੀਂ ਮਿਲਦਾ ਵਿਰੋਧ ਵਿੱਚ ਭਾਵੇਂ ਕਈ ਥਾਈਂ ਕਈ ਜਿਹੜੇ ਇਹਨੋਂ ਦੇ ਫੀਚਰ ਹਨ ਉਹ ਸਿੱਖ ਧਰਮ ਦੇ ਕਈ ਟੈਨੈਂਟਸ ਬਿਲਕੁਲ ਭਾਜਪੀ ਦੀ ਸਨਾਤਨੀ ਵਿਚਾਰਧਾਰਾ ਦੇ ਵਿਰੁੱਧ ਵਿੱਚ ਖੜਦੇ ਹਨ ਜਿਵੇਂ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਜਪਜੀ ਸਾਹਿਬ ਦਾ ਪਾਠ ਕਰਕੇ ਹੀ ਮਹਿਸੂਸ ਕਰ ਸਕਦੇ ਇਹ ਜੀਜ਼ ਉਹ ਪਾਰਟੀ ਜਿਹੜੀ ਸਿੱਖਾਂ ਦੀ ਪਾਰਟੀ ਘੋਹਦੀ ਹੈ ਤੇ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਆਸ਼ੀਰਵਾਦ ਹੈ ਅਤੇ ਉਹਨਾਂ ਦੇ ਸਿਰ ਤੇ ਹੱਥ ਵੀ ਹੈ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦਾ ਇਹ ਸਾਰੀ ਜੋ ਸਿੱਖਾਂ ਨਾਲ ਨਾ ਮਿਲਣ ਵਾਲੀ ਵਿਚਾਰਧਾਰਾ ਉਹਦੇ ਸਮਰਥਨ ਚ ਖੜਿਆ ਹਾਂ ਹੁਣ ਮੈਂ ਅਗਲੀ ਗੱਲ ਇਹ ਦੱਸਦਾ ਕਿ ਜੋ ਚੰਡੀਗੜ੍ਹ ਵਿੱਚ ਮੇਅਰ ਦੀ ਇਲੈਕਸ਼ਨ ਹੋਈ ਆ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਤੀਨਿਧ ਨੇ ਇੱਕ ਵੋਟ ਸੀ ਇਹਨਾਂ ਦੀ ਚੰਡੀਗੜ੍ਹ ਤੋਂ ਉਹ ਇਹਨਾਂ ਨੇ ਭਾਜਪਾ ਨੂੰ ਪਾਈ ਆ ਭਾਜਪਾ ਦੀ ਧੰਦਲੀ ਬੇਈਮਾਨੀ ਉਹਨਾਂ ਦਾ ਡੈਮੋਕ੍ਰੇਸੀ ਦਾ ਕੀਤਾ ਖਲਵਾੜ ਜੰਤਕ ਹੋ ਗਿਆ 19 ਫਰਵਰੀ ਨੂੰ ਸਪਰੀਮ ਕੋਰਟ ਨੇ ਆਪਣਾ ਫੈਸਲਾ ਵੀ ਦੇ ਦੇਣਾ ਕਿਉਂਕਿ ਇਹ ਹੁਣ ਪਟੀਸ਼ਨ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਉਹਦੀ 19 ਤਰੀਕ ਨੂੰ ਲੱਗੀ ਹੋਈ ਆ ਔਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰ ਚੂੜ ਜੀ ਆਪਣਾ ਜੋ ਪ੍ਰਭਾਵ ਸੀ ਗਿਆ ਉਹਨਾਂ ਨੇ ਪਬਲੀਕਲੀ ਓਪਨ ਕੋਰਟ 'ਚ ਸ਼ੇਅਰ ਕੀਤਾ ਕਿ ਇਹ ਡੈਮੋਕ੍ਰੇਸੀ ਦਾ ਕਤਲ ਅਸੀਂ ਇਥੇ ਥੋੜੀ ਜੀ ਵੀਡੀਓ ਲਾਵਾਂਗੇ ਕਿ ਜੋ ਅਨਿਲ ਮਸ਼ੀ ਪ੍ਰੈਜ਼ਾਈਡਿੰਗ ਆਫੀਸਰ ਸੀ ਮੇਅਰ ਦੀ ਚੋਣ ਦਾ ਉਹ ਇੰਨਾ ਬੇਖੌਫ ਸੀ ਕਿ ਇੱਕ ਪਾਸੇ ਤਾਂ ਉਹ ਵੋਟਾਂ ਤੇ ਲਿਖ ਰਿਹਾ ਕੁਝ ਦੂਜੇ ਪਾਸੇ ਉਹ ਕੈਮਰੇ ਵੱਲ ਵੀ ਦੇਖ ਰਿਹਾ ਹੈ ਬਈ ਠੀਕ ਹੈ ਚੱਲਣ ਦੇ ਉਹਦੇ ਪਿੱਛੇ ਵੱਡੀ ਤਾਕਤ ਹੈ ਤੇ ਉਸ ਨੂੰ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਆ ਥਾਂ ਥਾਂ ਦਿਖਾਈ ਜਾ ਰਹੀ ਸੋ ਅੰਤ ਵਿੱਚ ਜੋ ਮੈਂ ਕਹਿਣਾ ਚਾਹਨਾ ਉਹ ਇਹ ਹੈ ਕਿ ਬੀਜੇਪੀ ਦੀ ਨਜ਼ਰ ਹੁਣ ਪੰਜਾਬ ਤੇ ਹੈ ਔਰ ਪ੍ਰੋਸੇ ਯੋਗਤਾ ਵਾਲਾ ਅਤੇ VOTERਾਂ ਦੇ ਵਿਸ਼ਾਲ ਪੰਜਾਬ ਵਿੱਚ ਉਹ ਵਿਸ਼ਾਲ ਪ੍ਰਭਾਵ ਰੱਖਦਾ ਹੋਏ ਇਹੋ ਜਿਹੇ ਆ ਨੇਤਾ ਕੋਈ ਹੈ ਨਹੀਂ ਨਮਜੋਤ ਸਿੱਧੂ ਬਾਰੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਜਿਸ ਤਰ੍ਹਾਂ ਦੀ ਉਸਨੇ ਆਪਣੀ ਗੱਲਬਾਤ ਕੋਸ਼ ਸ਼ਾਹ ਜੀ ਨਾਲ ਜਨਤਕ ਕੀਤੀ ਹੈ ਉਸ ਤੋਂ ਇਹ ਵੀ ਲੱਗ ਸਕਦਾ ਹੈ ਕਿ ਜਿਵੇਂ ਉਸ ਦੀ ਕਾਂਗਰਸ ਵਿੱਚ ਠੱਕ ਠੱਕ ਚੱਲ ਰਹੀ ਹੈ ਤਕੜੀ ਅੰਦਰੂਨੀ ਲੜਾਈ ਹੋ ਰਹੀ ਹੈ ਕਿ ਉਹ ਕਿਸੇ ਵੇਲੇ ਪਲਟੀ ਮਾਰ ਕੇ ਨਿਤਿਸ਼ ਕੁਮਾਰ ਦੀ ਤਰ੍ਹਾਂ ਬੀਜੇਪੀ ਦੀ ਝੋਲੀ 'ਚ ਨਾ ਜਾ ਬੈਠੇ ਇਸ ਚਰਚਾ ਨੂੰ ਮੈਂ ਸਮਾਪਤ ਕਰਦਾ ਉਮੀਦ ਕਰਦਾ ਇਹ ਚਰਚਾ ਤੁਹਾਨੂੰ ਪਸੰਦ ਆਏਗੀ ਅਤੇ ਤੁਸੀਂ ਇਸ ਨੂੰ ਆਪਣੇ ਮਿੱਤਰਾਂ ਸਬੰਧੀਆਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ ਧਨਵਾਦ ਸਾਸਰੀਆ ਕਾ